एक बहुत ही उच्ची सुच्ची अते महान शख्सियत दे मालक सरदार जसदेव सिंह जी SP पिछले दिनी अपने स्वासां दी पूंजी नूं खर्चते हुए परमात्मा दे चरणां विच जा बिराजे। उन्हां दी याद विच एक धार्मिक समागम दा आयोजन उन्हां दे समूह परिवार वल्लों गुरुद्वारा संतसर साहिब सैक्टर 38 वैस्ट चंडीगढ़ विखे करवाया गया, जिस विच रागी सिंघां वल्लों कीर्तन दी हाजरी लगवाई अते आईआं होईआं समूह संगतां नूं उस परम पिता परमात्मा दे चरणां नाल जोड़िया। सरदार जसदेव सिंह जी एक बहुत ही उच्ची सोच वाले ਅਤੇ ਪਰਮਾਤਮਾ ਨੂੰ ਮੰਨਣ ਵਾਲੀ ਸ਼ਖਸੀਅਤ ਸਨ। ਆਪ ਜੀ ਹਰ ਸਮੇਂ ਹਰ ਇੱਕ ਦਾ ਭਲਾ ਕਰਨਾ ਲੋਚਦੇ ਸਨ। ਆਪ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ। ਕੋਈ ਵੀ ਆਪ ਨੂੰ ਕਿਸੇ ਵੀ ਸਮੇਂ ਆ ਕੇ ਮਦਦ ਲਈ ਕਹਿੰਦਾ ਤਾਂ ਆਪ ਜੀ ਹਮੇਸ਼ਾ ਹੀ ਦਿਲ ਖੋਲ ਕੇ ਆਉਣ ਵਾਲੇ ਦੀ ਮਦਦ ਕਰਿਆ ਕਰਦੇ ਸਨ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਆਪ ਜੀ ਦਾ ਪਰਿਵਾਰ ਬਹੁਤ ਹੀ ਮਿੱਠ ਬੋਲਣਾ ਹੈ, ਪਰਮਾਤਮਾ ਨੂੰ ਮੰਨਣ ਵਾਲਾ ਪਰਿਵਾਰ ਹੈ ਅਤੇ ਸਭ ਤੋਂ ਵੱਡੀ ਗੱਲ ਉਹ ਸਭਨਾਂ ਨਾਲ ਸੱਚੀ ਹਮਦਰਦੀ ਰੱਖਣ ਵਾਲਾ ਪਰਿਵਾਰ ਹੈ। ਆਪ ਜੀ ਦੇ ਬੱਚੇ ਆਪ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਹਨ ਅਤੇ ਸਮਾਜ ਵਿੱਚ ਨਾਮ ਨਾ ਖੱਟ ਰਹੇ ਹਨ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਦਾ ਪਿਆਰ, ਉਹਨਾਂ ਦੀ ਕਰਨੀ ਔਰ ਕਥਨੀ, ਜੇ ਮੈਂ ਕਥਾ ਬਹੁਤ ਟਾਈਮ ਲੱਗ ਚੁੱਕਾ, ਜਿਹਦੀ ਵਾਹ ਬੜੀ, ਜਿਹਦੇ ਨਾਲ ਤੁਰੇ ਓਟ ਨਵਾ ਦਿੱਤੀ। ਕਦੇ ਇਹ ਨਹੀਂ ਹੋਇਆ ਮਿੱਤਰ ਕਹਿ ਕੇ ਦੁਸ਼ਮਣ ਨਹੀਂ ਬਣੇ। ਮੇਰੇ ਵਰਗੇ ਗਰੀਬਾਂ ਨਾਲ ਵੀ ਔਰ ਹੋਰ ਮੇਰੇ ਬਹੁਤ ਸੱਜਣ ਨੇ ਇੱਥੇ ਬੈਠੇ ਨੇ, ਮਨਜੀਤ ਸਿੰਘ ਜੀ ਬੈਠੇ ਡਿਪਟੀ ਮੇਅਰ, ਜਿਹਨਾਂ ਨਾਲ ਚਲੇ ਬਹੁਤ ਖੁੱਲ੍ਹ ਕੇ ਬਹੁਤ ਪਿਆਰ ਨਾਲ ਚਲੇ। ਇਹੀ ਜਿਹੀ ਆਤਮਾ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਸਰ ਜਸਦੇਵ ਸਿੰਘ ਜੀ ਬਹੁਤ ਥੋੜ੍ਹੀ ਉਮਰ ਦੇ ਵਿੱਚ
ਸੰਸਾਰ ਤੋਂ ਚਲੇ ਗਏ ਨੇ। ਇਸ ਪਰਿਵਾਰ ਦੀ ਜੇ ਗੱਲ ਕਰੀਏ, ਜਿਸ ਤਰ੍ਹਾਂ ਸਟੇਟ ਸੈਕਟਰੀ ਸਾਹਿਬ ਨੇ ਕਿਹਾ, ਇਹ 'ਚ ਕੋਈ ਦੋ ਰਾਇ ਨਹੀਂ ਹੈ। ਜਿੰਨਾ ਸਾਹਿਬ ਜਸਦੇਵ ਸਿੰਘ ਦਾ ਨਿੱਘਾ ਸੁਭਾਅ, ਔਰ ਮੈਨੂੰ ਇਹਨਾਂ ਦੇ ਪਿਤਾ ਜੀ ਨਾਲ ਵੀ ਬਹੁਤ ਸਮਾਂ ਮਿਲਣ ਦਾ ਮੌਕਾ ਮਿਲਿਆ, ਉਹਨਾਂ ਦੀ ਜਿੰਨੀ ਅਸੀਂ ਤਾਰੀਫ ਕਰ ਸਕੇ ਛੋ ਥੋੜ੍ਹੀ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਇਨਸਾਨ ਨਾਲ ਦੋਸਤੀ ਪਾਈ ਹੈ, ਦੋਸਤੀ ਨਿਭਾਈ ਹੈ, ਔਰ ਉਸ ਸਮੇਂ ਦੇ ਵਿੱਚ ਅਸੀਂ ਕਈ ਵਾਰ ਸਰਮਿੰਦਰ ਸਿੰਘ ਨੂੰ ਕਹਿਣਾ ਵੀ ਵੀ ਤੁਸੀਂ ਐਸ ਪੀ ਡੀ ਐਸ ਪੀ ਬਣ ਗਏ ਹੋ, ਹੁਣ ਵੀ ਸਾਈਕਲ 'ਤੇ, ਔਰ ਰੋਜ਼ ਉਹਨਾਂ ਨੇ ਪਿੰਡੋਂ ਸਾਈਕਲ 'ਤੇ ਸਮਰਾਲੇ ਆਉਣਾ, ਉੱਥੇ ਬੱਸ ਚੜ੍ਹ ਕੇ ਜਾਣਾ। ਉਹੀ ਸੁਭਾਅ ਸਰ ਜਸਦੇਵ ਸਿੰਘ ਦਾ ਸੀਗਾ। ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਪੈੜਾਂ ਛੱਡ ਕੇ ਗਏ ਨੇ। ਜਸਦੇਵ ਸਿੰਘ ਮੇਰੇ ਛੋਟੇ ਭਰਾਵਾਂ ਵਰਗਾ ਸੀ। ਮੈਂ ਉਸਨੂੰ ਉਸ ਵਕਤ ਤੋਂ ਜਾਣਦੀ ਹਾਂ ਜਦੋਂ ਉਹ ਐਸ ਐਚ ਓ ਖਰੜ ਹੁੰਦਾ ਸੀ, ਉੱਥੇ ਡੀ ਐਸ ਪੀ ਰਿਹਾ, ਐਸ ਪੀ ਬਣਿਆ, ਪਰ ਉਸ ਦੇ ਵਿੱਚ ਕੋਈ ਕਿਸੇ ਕਿਸਮ ਦਾ ਆਪਣੀ ਪ੍ਰਮੋਸ਼ਨ ਨੂੰ ਲੈ ਕੇ ਕੋਈ ਫਰਕ ਨਹੀਂ, ਉਹ ਉਸੇ ਤਰੀਕੇ ਨਾਲ ਹੀ ਚੱਲਦਾ ਰਿਹਾ। ਉਹ ਆਪਣੇ ਪਰਿਵਾਰ ਲਈ, ਆਪਣੇ ਸਕੇ ਸੰਬੰਧੀਆਂ ਲਈ, ਆਪਣੇ ਦੋਸਤਾਂ ਮਿੱਤਰਾਂ ਲਈ ਬਹੁਤ ਹੀ ਬਹੁਤ ਵਧੀਆ ਇਨਸਾਨ ਸੀ, ਜਿਸ ਦੇ ਫਲਸਰੂਪ ਅੱਜ ਅਸੀਂ ਦੇਖ ਸਕਦੇ ਹਾਂ ਕਿ ਉਹਦੇ ਡਿਪਾਰਟਮੈਂਟ ਦੇ ਛੋਟੇ ਤੋਂ ਲੈ ਕੇ ਵੱਡੇ ਆਫਿਸਰ ਤੱਕ, ਜਿੱਥੇ ਜਿੱਥੇ ਉਸਨੇ ਨੌਕਰੀ ਕੀਤੀ, ਜਿਨ੍ਹਾਂ ਦੇ ਨਾਲ ਉਹ ਵਿਚੜਿਆ ਜਾਂ ਲੋਕਾਂ ਦੇ ਵਿੱਚ ਰਿਹਾ, ਅੱਜ ਮੈਂ ਬਾਹਰ ਤੱਕ ਦੇਖ ਰਹੀ ਸੀ ਔਰ ਮਿਲ ਰਹੀ ਸੀ ਸਾਰਿਆਂ ਨੂੰ, ਉੱਥੋਂ ਪਤਾ ਲੱਗਦਾ ਕਿ ਇਨਸਾਨ, ਉਹਨੂੰ ਨਹੀਂ ਪਤਾ ਕਿ ਮੇਰੇ ਬਾਅਦ ਵਿੱਚ ਮੈਨੂੰ ਕੌਣ ਯਾਦ ਕਰ ਰਿਹਾ, ਕੌਣ ਕੀ ਹੈ, ਪਰ ਉੱਥੋਂ ਪਹਿਚਾਣ ਹੁੰਦੀ ਹੈ। ਜਦੋਂ ਆਖਰੀ ਪੜਾਓ ਦੇ ਉੱਪਰ ਇਨਸਾਨ ਜਾਂਦਾ ਹੈ, ਉਹਦੇ ਨਾਲ ਕਿੰਨੀ ਸੰਗਤ ਨਾਲ ਜਾ ਰਹੀ ਹੈ ਜਾਂ ਉਹਦੇ ਭੋਗ ਦੇ ਉੱਪਰ ਕਿੰਨੇ ਲੋਕ ਆਏ ਹੋਏ ਨੇ, ਇਹ ਸਾਨੂੰ ਹੀ ਸਾਰਿਆਂ ਨੂੰ ਪਤਾ ਲੱਗਦਾ ਕਿ ਉਹਦੀ ਕਿੰਨੀ ਦੇਣ ਸੀ। ਸਰ ਜਸਦੇਵ ਸਿੰਘ ਜੀ ਜੋ ਬਹੁਤ ਹੀ ਵਧੀਆ ਇਨਸਾਨ ਸਨ, ਕਿਉਂਕਿ ਮੇਰੀ ਉਹਨਾਂ ਦੇ ਨਾਲ ਬਹੁਤ ਹੀ ਨੇੜਤਾ, ਬੜਾ ਪਿਆਰ ਹੈ। ਪਿਛਲੇ ਸਮੇਂ ਦੌਰਾਨ ਮੇਰੇ ਐਮ ਐਲ ਏ ਹੁੰਦਿਆਂ ਮੇਰੇ ਹਲਕੇ ਦੇ ਵਿੱਚ ਹੀ ਉੱਲਾਪੁਰ ਦਾਖਾ ਦੇ ਵਿੱਚ ਲੰਬਾ ਸਮਾਂ ਡੀ ਐਸ ਪੀ ਰਹੇ, ਉਸ ਤੋਂ ਬਾਅਦ ਪ੍ਰਮੋਟ ਹੋ ਕੇ ਲੁਧਿਆਣੇ ਅਤੇ ਲੁਧਿਆਣਾ ਰੂਰਲ ਦੇ ਵਿੱਚ ਬਤੌਰ ਐਸ ਪੀ ਉਹਨਾਂ ਨੇ ਆਪਣੀ ਡਿਊਟੀ ਨਿਭਾਈ, ਸੇਵਾ ਨਿਭਾਈ, ਅਤੇ ਬਹੁਤ ਹੀ ਇਮਾਨਦਾਰੀ ਦੇ ਨਾਲ, ਬਹੁਤ ਹੀ ਜ਼ੋਰ ਦੇ ਨਾਲ ਉਹਨਾਂ ਨੇ ਆਪਣੀ ਡਿਊਟੀ ਕੀਤੀ। ਸੋ ਉਹਨਾਂ ਦੇ ਜਨਮ ਚਲੇ ਜਾਣ ਦੇ ਨਾਲ ਜੋ ਪਰਿਵਾਰ ਨੂੰ, ਸਮਾਜ ਨੂੰ, ਦੋਸਤਾਂ ਮਿੱਤਰਾਂ ਨੂੰ, ਪੁਲਿਸ ਡਿਪਾਰਟਮੈਂਟ ਜੋ ਘਾਟਾ ਪਿਆ, ਉਹ ਕਦੇ ਪੂਰਾ ਨਹੀਂ ਹੋ ਸਕਦਾ। ਬਹੁਤ ਹੀ ਨੇਕ ਇਨਸਾਨ, ਔਰ ਜਦੋਂ ਵੀ ਜ਼ਿੰਦਗੀ 'ਚ ਕਿਤੇ ਲੋੜ ਪਈ ਮੈਨੂੰ ਪਰਸਨਲੀ, ਮੈਂ ਦੱਸਦੀ ਹਾਂ, ਬਹੁਤ ਹੀ ਉਹਨਾਂ ਨੇ ਸਾਥ ਦਿੱਤਾ ਔਰ ਬਹੁਤ ਹੀ ਦੁੱਖ ਹੈ। ਔਰ ਮੈਂ ਇੱਕ ਗੱਲ ਹੋਰ ਅੱਜ ਦੱਸਣ 'ਚ ਮਾਣ ਕਰਦੀ ਹਾਂ ਕਿ ਜਦੋਂ ਇਸ ਹਲਕੇ ਵਿੱਚ ਅਸੀਂ ਇਲੈਕਸ਼ਨ ਲੜੀ, ਬਾਅਦ 'ਚ ਐਜ਼ ਐਸ ਪੀ ਉਹਨਾਂ ਨੇ ਇੱਥੇ ਜੁਆਇਨ ਕੀਤਾ ਏ ਡੀ ਸੀ ਪੀ 4, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਇੱਕ ਘਟਨਾ ਹੋਈ ਸੀ ਸਾਡੇ ਮੁੰਡਿਆਂ ਵਿੱਚ, ਕਿਸੇ ਨੇ ਸ਼ਰਾਰਤ ਕੀਤੀ ਸੀ। ਔਰ ਇਹ ਪਹਿਲਾ ਹੀ ਵਾਕਿਆ ਹੋਊਗਾ ਕਿ ਸਾਡੇ ਵੀਰ ਜੀ ਨੇ ਉਸੇ ਦਿਨ ਉਸ ਬੰਦੇ ਨੂੰ ਫੜਿਆ, ਜੇਲ੍ਹ ਅੰਦਰ ਕੀਤਾ ਸੀ। ਅਤੇ ਮੈਨੂੰ, ਮੈਂ ਯਾਦ ਕਰਦੀ ਹੁੰਦੀ, ਮੈਂ ਕਿਹਾ ਵੀਰ ਜੀ ਇਹ ਪਹਿਲਾ ਵਾਕਿਆ ਹੋਊਗਾ, ਨਹੀਂ ਤਾਂ ਇੰਨੀਆਂ ਬੇਅਦਬੀਆਂ ਹੋਈਆਂ, ਕੋਈ ਬੰਦਾ ਅੱਜ ਤੱਕ ਫੜਿਆ ਨਹੀਂ ਗਿਆ, ਆਪਾਂ ਸਾਰਿਆਂ ਨੂੰ ਹੀ ਪਤਾ। ਅਤੇ ਉਹ ਪਹਿਲੀ ਘਟਨਾ ਸੀ ਜਿੱਥੇ ਵੀਰ ਜੀ ਨੇ ਇੰਨਾ ਵੱਡਾ ਕੰਮ ਕੀਤਾ। ਇਹ ਉਹਦੀ ਮਿਸਾਲ ਆਪ ਸੀ, ਅਤੇ ਉਹਨਾਂ ਦੇ ਨਾਲ ਮਿਲ ਕੇ ਇੱਕ ਐਸੀ ਖੁਸ਼ੀ ਹੁੰਦੀ ਸੀ, ਕਿਉਂਕਿ ਸਾਡੇ ਤਾਂ ਨੇੜੇ ਦੇ ਰਿਸ਼ਤੇਦਾਰ ਵੀ ਸੀ। ਸੋ ਐਸਾ ਇਨਸਾਨ ਜਿਹੜਾ ਪੁਲਿਸ ਦੀ ਨੌਕਰੀ ਵਿੱਚ ਹੁੰਦਾ ਹੋਇਆ ਵੀ, ਵੈਸੇ ਪੁਲਿਸ ਵਾਲੇ ਬਹੁਤ ਅੱਛੇ ਇਨਸਾਨ ਹੁੰਦੇ ਨੇ, ਪਰੰਤੂ ਇਹਨਾਂ ਦਾ ਜੋ ਇਮੇਜ ਹੈ ਉਹ ਥੋੜ੍ਹਾ ਸੁਸਾਇਟੀ 'ਚ ਖਰਾਬ ਭਾਵੇਂ ਹੋਇਆ, ਪਰੰਤੂ ਮੈਜੋਰਿਟੀ ਜਿਹੜੇ ਨੇ ਉਹ ਅੱਛੇ ਇਨਸਾਨ ਨੇ, ਅਤੇ ਇਹਨਾਂ ਦੀ ਗਿਣਤੀ ਸਰਦਾਰ ਜਸਦੇਵ ਸਿੰਘ ਦੀ ਅੱਛੇ ਇਨਸਾਨਾਂ 'ਚ। ਪੁਲਿਸ ਡਿਪਾਰਟਮੈਂਟ ਦੇ ਵਿੱਚ ਹੁੰਦੇ ਹੋਏ ਟਾਈਮ ਬਹੁਤ ਘੱਟ ਮਿਲਦਾ ਸੀ, ਫਿਰ ਵੀ ਉਹ ਨਿਤਨੇਮ ਦੇ ਪੱਕੇ ਸੀ, ਕਦੇ ਵੀ ਉਹ ਪਾਠ ਕੀਤਿਆਂ ਬਗੈਰ ਡਿਊਟੀ 'ਤੇ ਨਹੀਂ ਸੀ। ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਉਹਨਾਂ ਦੇ ਜਿਤਨੇ ਵੀ ਸੱਜਣ ਮਿੱਤਰ
ਪੁਲਿਸ ਡਿਪਾਰਟਮੈਂਟ ਤੋਂ ਆਫਿਸਰ ਸਾਹਿਬਾਨ, ਅਲੱਗ ਅਲੱਗ ਰਾਜਨੀਤਿਕ ਪਾਰਟੀਆਂ ਤੋਂ ਆਗੂ ਸਾਹਿਬਾਨ, MLA ਸਾਹਿਬਾਨ, ਸਾਰਿਆਂ ਦੇ ਇੱਥੇ ਆਉਣ 'ਤੇ ਪਰਿਵਾਰ ਵੱਲੋਂ ਮੈਂ ਕੁੱਟਣ ਕੋਟ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।